ਹੈਲੋ ਸ਼ੀਸ਼ਿਕਾ ਮਿੱਤਰ, ਕਿੱਦਾਂ ਸਾਰੇ? ਉਮੀਦ ਕਰਦਾ ਠੀਕ ਹੋਵੋਗੇ। ਅਤੇ ਆਪਾਂ ਵੀਡੀਓ ਬਣਾਏ ਨੂੰ ਹੋ ਗਿਆ ਬਹੁਤ ਚਿਰ, ਅਤੇ ਹੁਣ ਆਪਾਂ ਵੀਡੀਓ ਰੈਗੂਲਰ ਪਾਇਆ ਕਰਾਂਗੇ। ਅਤੇ ਹੈਪੀ ਨਿਊ ਈਅਰ ਸਾਰਿਆਂ ਨੂੰ, ਜੇ ਨਵੇਂ ਸਾਲ 'ਤੇ ਮੈਂ ਚੱਲ ਵੀਡੀਓ ਪਾ ਦਈਏ। ਅਤੇ ਉਮੀਦ ਕਰਦਾ ਸਾਰਿਆਂ ਦੇ ਆਪਣੇ ਵੀਰ ਭਰਾਵਾਂ ਦੇ ਜਾਨਵਰ ਠੀਕ ਹੋਵਾਂਗੇ। ਅਤੇ ਇਹ ਆਪਣੀ ਕਾਲੀ ਦੇਖੋ, ਬਹੁਤ ਚਿਰ ਹੋ ਗਿਆ ਦਿਖਾਏ ਨੂੰ, ਕਿੱਦਾਂ ਦੀ ਹੋ ਗਈ। ਅਤੇ ਹੁਣ ਆਪਾਂ ਮਿੱਤਰ ਰੈਗੂਲਰ ਵੀਡੀਓ ਪਾਇਆ ਕਰਾਂਗੇ। ਜੇ ਕਿਸੇ ਵੀਰ ਨੇ ਆਪਣਾ ਜਾਨਵਰ ਜਿਵੇਂ ਦਾ ਸੇਲ ਕਰਨਾ ਹੋਵੇ, ਆਪਾਂ ਪਿੱਛੇ ਆਈਡੀ ਜਾਂ ਆਪਣਾ ਨੰਬਰ ਦੇ ਦਾਂਗੇ, ਉੱਤੇ ਆਪਾਂ ਮੈਸੇਜ ਕਰ ਸਕਦਾ। ਅਤੇ ਆਹ ਆਪਣੀ ਕਾਲੀ ਦੇਖੋ ਕਿੱਦਾਂ ਦੀ ਹੋ ਰਹੀ ਆ। ਠੰਡ ਬਹੁਤ ਹੋ ਗਈ, ਆਪਣੇ ਜਾਨਵਰਾਂ ਦਾ ਧਿਆਨ ਰੱਖਿਆ ਕਰੋ ਠੰਡ ਤੋਂ। ਅਤੇ ਆਪਣਾ ਟੋਮੀ ਵੀ ਦਿਖਾਉਣੇ ਆ, ਅਤੇ ਇਹ ਆਪਣੀ ਕਾਲੀ ਦੇਖੋ ਕਿਵੇਂ ਹੋ ਰਹੀ ਆ। ਆਹ ਆਪਣਾ ਟੋਮੀ ਮਿੱਤਰੋ, ਇਹ 3 ਮਹੀਨਿਆਂ ਦਾ ਹੋ ਗਿਆ, ਅਤੇ ਟੀਕੇ ਵੀ ਲਵਾ ਤਾ ਇੰਜੈਕਸ਼ਨ। ਅਤੇ ਦੇਖੋ ਕਿੱਦਾਂ ਦਾ ਹੋ ਗਿਆ, ਵਧੀਆ ਗਰੋਥ ਕਰਾ ਕਰੀ ਜਾਂਦਾ। ਅਤੇ ਹੁਣ ਆਪਾਂ ਤੁਹਾਨੂੰ ਆਪਣੇ ਪਸ਼ੂ ਦਿਖਾਉਣੇ ਆ, ਵੇਖ ਕੇ ਦੱਸਿਆ ਵੀ ਕਿੱਦਾਂ ਦਾ ਹੋ ਗਿਆ। ਚਲੋ ਮਿੱਤਰੋ, ਆਹ ਆਪਣੇ ਪਸ਼ੂ ਨੀਰਾ ਚਾਰਾ ਪਾ ਕੇ ਹਟੇ ਸੀਗੇ ਠੰਡ ਠੁੰਡ ਤੋਂ, ਅਜ ਤੀ ਤਾਂ ਆਪਣੇ ਸਾਰੇ ਪਸ਼ੂ ਬਚਤਾ। ਅਤੇ ਆਪਣੇ ਪਸ਼ੂਆਂ ਦਾ ਦੀ ਰੱਖਿਆ ਕਰੋ ਗੌਰ। ਅਤੇ ਆਪਣੀ ਝੋਟੀ ਇਹ ਵੀ 4 ਮਹੀਨੇ ਦੀ ਗੱਭਣ, ਇਹ ਵੀ ਸੂਣ ਵਾਲੀ ਆ। ਆਹ ਆਪਣੀ ਮੱਝ ਵੀ ਅਤੇ ਬੈਡ ਵੀ ਸਾਰੇ ਲਗਭਗ ਪਸ਼ੂ ਆਪਣੇ ਸੂਣ ਵਾਲੇ ਆ। ਅਤੇ ਚਲੋ ਓਕੇ, ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ। ਚੈਨਲ ਨੂੰ ਸਬਸਕ੍ਰਾਈਬ ਕਰ, ਲਾਈਕ ਕਰ, ਸ਼ੇਅਰ ਕਰ ਦਿਓ। ਧੰਨਵਾਦ ਜੀ।